ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਚਲਾਤਾ ਜੀ ਪਟਾਈ ਦਾ ਕੰਮ ਪਿੰਡ ਵਾਲੀ ਮੋਟਰ 'ਤੇ, ਅਤੇ ਟਾਈਮ ਹੋ ਗਿਆ 9 ਵੱਜ ਗਏ ਸਵੇਰ ਦੇ, ਅਤੇ ਬਾਕੀ ਆਲੂ ਰਹਿ ਗਿਆ ਥੋੜ੍ਹਾ ਜਿਹਾ ਬਰੀਕ ਇਹ 'ਚ। ਆਲੂ ਹੈਗਾ ਤੀ ਬੀਜ ਹੈਗਾ ਤੀ ਇਹ ਪੁਰਾਣਾ, ਉਹਦੇ ਕਰਕੇ ਇਹਨੇ ਸਾਈਜ਼ ਨਹੀਂ ਕਰਿਆ, ਅਤੇ ਬਾਕੀ ਬਲੈਟ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਤੀ ਆਹ ਖੇਤ ਦਾ। ਲੱਗੀ ਹੋਈ ਆ ਲੇਬਰ ਚੁਗਣ, ਅਤੇ ਬਾਕੀ ਬਾਹੀ ਦਾ ਕੰਮ ਵੀ ਚੱਲਦਾ ਉੱਧਰ ਮੱਕੀ ਦੀ ਬਿਜਾਈ ਲਈ, ਅਤੇ ਰੇਟ ਆਲੂ ਦਾ ਉੱਠਿਆ ਹੋਇਆ ਹੁਣ। ਬਾਕੀ ਰੇਟ ਹੋਰ ਉੱਠਣ ਦੀ ਸੰਭਾਵਨਾ ਵੀ ਹੈਗੀ ਆ LR ਦਾ, ਅਤੇ ਬਾਕੀ ਆਪਣਾ ਸੋਨਾ ਬੰਨ ਰਹਿੰਦਾ ਹਲੇ ਪੱਟਣ ਤੋਂ, ਉਹ ਪੱਟਾਂਗੇ 20 ਫਰਵਰੀ ਤੋਂ ਬਾਅਦ। ਆਹ ਪਲਾਟ ਹੈਗਾ 2.5-3 ਕਿੱਲਿਆਂ ਦਾ, ਇਹ ਅੱਜ ਪੱਟਿਆ ਜਾਊਗਾ ਤਕਰੀਬਨ, ਜੇ ਲੇਬਰ ਵਾਲਿਆਂ ਨੇ ਜ਼ੋਰ ਮਾਰਿਆ, ਨਹੀਂ ਕੱਲ੍ਹ ਨੂੰ ਨਿਬੜ ਜੂ ਆ ਮੋਟਰ 'ਤੇ। ਬਾਕੀ ਕਰੋ ਝਾੜ ਚੈੱਕ ਵੀ ਕਿਵੇਂ ਆ। ਆਹ ਖੜਾ ਹੀ ਆਪਣਾ ਚਪਸੋਨਾ ਬੰਨ, ਅਤੇ ਸਪਰੇਅ ਕਰਾਤੀ ਦੀ ਹੋ ਗਿਆ ਆਪਾਂ ਨੂੰ ਹਫ਼ਤਾ ਕੁ, ਅਤੇ ਬਾਕੀ ਖੇਤ ਹਲੇ ਗਿੱਲਾ ਹੀ ਆ ਹੇਠੋਂ, ਅਤੇ ਖਾਲ ਵੀ ਗਿੱਲੀ ਪਏ ਨੇ। ਇਹਦੀ ਬੇਲ ਬਣਾਵਾਂਗੇ 10-12-15 ਦਿਨ ਤੱਕ ਬਣਾਵਾਂਗੇ ਬੇਲ, ਫਿਰ ਬੇਲ ਬਣਾ ਕੇ 10 ਕੁ ਦਿਨ ਛੱਡਣਾ ਪੈਣਾ ਉੱਦਾਂ ਹੀ, ਅਤੇ ਛਿਲਕਾ ਪੱਕ ਜੂਗਾ ਪੂਰਾ ਆਲੂ ਦਾ, ਫਿਰ ਲਾਵਾਂਗੇ ਪਟਾਈ। ਅਤੇ ਬੇਲ ਹਲੇ ਵੀ ਵਧੀਆ ਖੜ੍ਹੀ ਆ, ਹਰੀ ਖੜ੍ਹੀ ਆ ਹਲੇ ਵੀ, ਅਤੇ ਬਲੈਟ ਦਾ ਇਹਦੇ ਆਲੂ 'ਤੇ ਘੱਟ ਨੁਕਸਾਨ ਆ। ਬਾਕੀ ਦੇਖਦੇ ਹਾਂ ਕਿੰਨਾ ਕੁ ਸਾਇਜ਼ ਸੂਜ ਕਰਿਆ ਏ, ਅਤੇ ਉਹ ਪਰਲਾ ਪਲਾਟ ਵੀ ਇੱਦਾਂ ਹੀ ਖੜ੍ਹਾ ਏ, ਸਾਇਜ਼ ਕਰਦੇ ਹਾਂ ਚੈੱਕ ਵੀ ਕੀ ਕੁਛ ਆ ਹੇਠਾਂ, ਕਿੰਨਾ ਕੁ ਸਾਇਜ਼ ਕਰਿਆ ਆਲੂ ਨੇ। ਆਹ ਦੇਖਦੇ ਹਾਂ ਬੇਲ, ਸਾਰਿਆਂ ਤੋਂ ਮਾੜੀ ਬੇਲ ਆ। ਬੱਟ ਟਾਈਟ ਹੋਈ ਹੋਈ ਆ ਜ਼ਿਆਦਾ ਪਾਣੀ ਪੈ ਕੇ, ਬਾਕੀ ਦੇਖੋ ਹਲੇ ਤਾਂ ਆਹ ਕੁਛ ਨਿਕਲਿਆ ਇਹਦੀ ਆਹ ਬੇਲ ਹੇਠੋਂ। ਬਾਕੀ ਅਸਲ 'ਚ ਜਾਂ ਮਸ਼ੀਨ ਦੇ ਨਾਲ ਪਟਾਈ ਕਰਦਾ ਜਦੇ ਪਤਾ ਲੱਗਦਾ ਆਲੂ ਦਾ ਵੀ ਕਿੰਨਾ ਕੁ, ਇੱਦਾਂ ਪੱਟੇ ਦੇ ਨਹੀਂ ਪਤਾ ਲੱਗਦਾ ਕਿਸੇ ਬੇਲ ਹੇਠ ਵਧੀਆ ਆਲੂ ਹੁੰਦਾ ਕਿਸੇ ਹੇਠ ਘੱਟ ਹੁੰਦਾ ਏ, ਇਹ ਤਾਂ ਬਰੀਕ ਏ ਆਹ ਬੇਲ ਹੇਠਾਂ ਦਾ। ਬਾਕੀ ਦਾਣਾ ਬਹੁਤ ਜ਼ਿਆਦਾ ਏ, ਹੋਣਗੇ 15-16 ਆਲੂ ਹੋਣਗੇ, ਹੈਗਾ ਬਰੀਕ ਆ ਹਲੇ। ਹੋਰ ਬੇਲ ਹੇਠ ਚੈੱਕ ਕਰਦੇ ਹਾਂ,
ਆਹ ਬੇਲ ਹੇਠ ਦੇਖਦੇ ਹਾਂ ਕਿੰਨਾ ਕਾ। ਬੇਲ ਹੈ, ਬੇਲ ਹੇਠਾਂ ਹੈਗਾ ਸਾਈਜ਼ ਵਧੀਆ ਦੇਖੋ। ਦੇਖੋ ਕਿੱਡਾ ਕਿੱਡਾ ਆਲੂਗਾ। ਠੀਕ ਆ ਸਾਈਜ਼, ਵਧੀਆ ਸਾਈਜ਼ ਆ, ਕੋਈ ਮਾੜਾ ਨਹੀਂ। ਚੱਲਦਾ ਜੀ ਪਟਾਈ ਦਾ ਕੰਮ, ਪੜਤੇ 5-7 ਗੇੜੇ ਪੜਤੇ ਆਪਾਂ, ਲੇਬਰ ਖਾ ਰਹੀ ਆ ਰੋਟੀ ਅਤੇ ਬਾਕੀ ਕੱਢ ਦਿੰਦੇ 2-4 ਗੇੜੇ ਹੋਰ ਅਤੇ ਸੁੱਕੀ ਜਾਊਗਾ। ਅਤੇ ਆਲੂ ਦਾਣਿਆਂ 'ਚ ਹੈਗਾ ਜ਼ਿਆਦਾ ਅਤੇ ਬਾਕੀ ਸਾਈਜ਼ ਥੋੜ੍ਹਾ ਜਿਹਾ ਘੱਟ ਆ, ਝਾੜ ਤਕਰੀਬਨ ਆਏ ਜਾਊਗਾ 100 ਤੋਂ ਪਲੱਸ। ਬਾਕੀ ਦਿੰਦੇ ਹਾਂ ਗੇੜੇ, 2-4 ਗੇੜੇ ਹੋਰ ਕੱਢਦੇ ਹਾਂ। ਬਾਕੀ ਮਸ਼ੀਨ ਹੈਗੀ ਆ ਦੂਜੀ ਪਾਈ ਅੱਜ, ਥੋੜ੍ਹੇ ਜਿਹੇ ਖੇਤ ਗਿੱਲੇ ਕਰਕੇ ਮਿੱਟੀ ਜ਼ਿਆਦਾ ਆਉਂਦੀ ਤੀ, ਇਹਦਾ ਵਧੀਆ ਝਾੜਦੀ ਆ, ਇਹ ਝੂਲਾ ਮਾਰਦੀ ਆ ਵਧੀਆ। ਚੱਲਦਾ ਜੀ ਮੱਕੀ ਦੇ ਕੋਇਆਂ ਦਾ ਕੰਮ, ਅਤੇ ਖੂੰਜੇ ਖਾਂਜੇ ਬਣਾ ਤੇ ਅਤੇ ਬੀ ਲਾ ਦੇਣਾ, ਬਾਕੀ ਖਾਲੀਆਂ ਕੱਢ ਗਏ ਤੀ ਆਪਾਂ ਕੱਲ੍ਹ, ਅਤੇ ਨਾਲ ਹੁੰਦੀ ਫਿਰ ਪਾਣੀ ਸਟਾਰਟ ਕਰਾਂਗੇ। ਦੂਈ ਮੋਟਰ 'ਤੇ ਵੀ ਇਕੱਲੇ ਲੱਗ ਗਈਆਂ ਦੀ ਉੱਧਰ ਤਾਂ, ਤੰਦੀਆਂ ਤੁੰਦੀਆਂ ਅਤੇ ਖਾਲੀਆਂ ਕੱਢਤੀਆਂ ਦੀ ਇਕੱਲੇ, ਅਤੇ ਬਾਕੀ ਇੱਧਰੋਂ ਭਰ ਕੇ ਮੱਕੀ ਫਿਰ ਉੱਧਰਲੀ ਮੱਕੀ ਭਰਾਂਗੇ, ਅਤੇ ਨਾਲ ਹੁੰਦੇ ਕੰਮ ਨਿਬੜੀ ਜਾਊਗਾ। ਬਾਕੀ ਆਲੂ ਦੀ ਪਟਾਈ ਚੱਲਦੀ ਆ ਅਤੇ ਮੱਕੀ ਦੀ ਤਿਆਰੀ ਕਰਦੇ ਹਾਂ, ਗਾਹਾਂ ਬਾਈ ਕਰਕੇ ਬੀਜਣ ਦੀ। ਆਪਾਂ ਰੱਖੇ ਨੇ ਇਹਦੇ ਕਿਆਰੇ 11 'ਤੇ ਲਾਇਆ ਮੰਨ ਲਓ, ਬਾਕੀ 10-10 ਬੈੱਡਾਂ ਦਾ ਬਣਾਤਾ ਕਿਆਰਾ। ਖੇਤ ਉੱਚੇ ਨੀਵੇਂ ਕਰਕੇ ਥੋੜ੍ਹੇ ਜਿਹੇ ਲੰਬਾਈ ਘੱਟੇ ਰੱਖੀ ਆ, ਫਿਰ ਨਹੀਂ ਪਾਣੀ ਜ਼ਿਆਦਾ ਵੱਧ ਘੱਟ ਪੈ ਜਾਂਦਾ। ਅਸਲ 'ਚ ਤਾਂ 2 ਪਾਣੀਆਂ ਦੀ ਔਖਾ ਹੈ, ਉਦੋਂ ਵੱਧ ਤਾਂ ਫਿਰ ਖੁੱਲ੍ਹਾ ਪੈਣ ਲੱਗ ਜਾਂਦਾ ਮੱਕੀ ਨੂੰ ਪਾਣੀ। ਬਾਕੀ ਆਹ ਪਲਾਟ ਨੂੰ ਲੱਗਿਆ ਹੋਇਆ ਬੰਦਾ ਲਾਇਆ ਹੋਇਆ ਆਪਾਂ ਮੁਲਾਜ਼ਮ, ਅਤੇ ਇੱਧਰ ਲਾ ਪਲਾਟ ਰਹਿ ਜਾਣਾ ਲਾਉਣ ਤੋਂ, ਬਾਕੀ ਦੇਖੋ ਕੱਲ੍ਹ ਤੱਕ ਲੱਗ ਜੂਗਾ ਜੀ। ਸਟੋਰ 'ਚ ਆਪਣੀਆਂ ਟਰਾਲੀਆਂ ਖੜੀਆਂ ਤੀ ਕੱਲ੍ਹ ਦੀਆਂ, ਜਿਹੜਾ ਬੀ ਵਾਲਾ ਆਲੂ ਆਪਾਂ ਗਰੇਡਰ ਕਰਾਇਆ ਉਹ ਲੋਡ ਕਰਵਾਇਆ ਟਰਾਲੀਆਂ 'ਚ, ਅਤੇ ਹੁਣ ਲੈ ਕੇ ਚੱਲੇ ਹਾਂ ਦੂਏ ਸਟੋਰ 'ਚ ਲਾਉਣਾ।
ਅਤੇ ਇੱਕ ਟਰੈਕਟਰ ਖੜ੍ਹਾ ਆਪਣਾ ਇੱਧਰ, ਉਹ ਹੋਊਗੀ 600 ਬੋਰੀ ਦੇ ਲਵੇ, ਅਤੇ ਲੈ ਕੇ ਚੱਲਦੇ ਹਾਂ ਹੁਣ ਦੂਜੇ ਸਟੋਰ 'ਚ, ਦਿਖਾਉਂਦੇ ਹਾਂ ਵੀ ਆਪਾਂ ਕਿਹੜੇ ਸਟੋਰ 'ਚ ਲਾਉਣਾ ਹੈ। ਅਤੇ ਬੀਸ ਹੈ ਜਾਂ ਸਾਰਾ ਹੀ, ਬਾਕੀ 69 ਖੜ੍ਹਾ ਆਪਣਾ ਮੂਹਰੇ ਟਰਾਲੀ ਦੇ। ਚੱਲਦੇ ਹਾਂ ਲੈ ਕੇ ਫਿਰ ਵੀਰਾ ਆ ਜਾਵੇ, ਕੱਢ ਲਈ ਆਪਾਂ ਬਾਹਰ ਅਤੇ ਦੂਜੀ ਟਰਾਲੀ ਵੀ ਆ ਜਾਵੇ, ਫਿਰ ਲੈ ਕੇ ਚੱਲਦੇ ਹਾਂ। ਅਤੇ ਬਾਕੀ 69 ਦਾ ਵੇਟ ਆਪਾਂ ਲਾਤਾ ਮੂਹਰੋਂ, ਖੜਕਦਾ ਦੀਆ ਹੇਠਾਂ ਨਾ ਟੁੱਟ ਗਏ ਇਹਦੇ, ਜਿਹੜਾ ਜਿਹੜਾ ਨਾ ਤੁਹਾਨੂੰ ਟੁੱਟ ਗਿਆ ਦੀ ਵਿੱਚ, ਇਹਦੇ ਕਰਕੇ ਵੇਟ ਖੜਕਣ ਲੱਗ ਗਿਆ ਸੀ। ਅਤੇ ਲਾਤਾ ਆਪਾਂ ਬਾਕੀ ਹੁਣ ਸੀਜ਼ਨ ਤੋਂ ਬਾਅਦ ਫਿਰ ਇਹਦਾ ਕਰਾਉਂਦੇ ਹਾਂ ਕੰਮ, ਅਤੇ ਨਾਲੇ ਪਲੇਟਾਂ ਹੋਰ ਪਾਉਂਦੇ ਹਾਂ ਮੂਹਰੇ। ਲਿਆ ਜੀ ਟਰਾਲੀ ਸਟੋਰ 'ਚ, ਆ ਚੈਂਬਰ 'ਚ ਲਾਉਣਾ ਆਪਾਂ ਆਲੂ, ਆਪਾਂ ਲਾਉਣਾ ਉਰੇ 2000 ਗੱਟਾ, ਬਾਕੀ ਦੇਖਦੇ ਹਾਂ ਵੀ ਕਿਹੜੇ ਫਲੋਰ 'ਤੇ ਲਾਉਣਗੇ। ਅਤੇ ਦੂਜੀ ਟਰਾਲੀ ਵੀ ਆ ਗਈ, ਅਤੇ ਦੂਜੀ ਟਰਾਲੀ ਖੜ੍ਹੀ ਆ ਆਪਣੀ ਪਰੇ, ਉਹ ਸਾਹਮਣੇ ਖੜ੍ਹੀ ਆ 854 ਵਾਲੀ, ਅਤੇ ਲੇਬਰ ਆ ਜਾਵੇ ਫਿਰ ਲਾਉਂਦੇ ਹਾਂ। ਬਾਕੀ ਆਲੂ ਦੇਖੋ ਪੂਰਾ ਵਧੀਆ ਐਨ ਇੱਕ ਨੰਬਰ ਬੀਜ। ਬਾਕੀ ਆਲੂ ਦਾ ਰੇਟ ਹੈਗਾ ਜੀ 9 ਰੁਪਈਏ ਦਾ ਹੈਗਾ ਸ਼ਾਂਟੀ ਮਾਲ 40 ਤੋਂ, ਅਤੇ 8 ਰੁਪਈਏ ਦੜਾ, ਰੇਟ ਵਧਿਆ ਹੋਇਆ ਆਲੂ ਦਾ ਹੁਣ। ਬਾਕੀ ਦੇਖੋ ਹੋਰ ਵਧਣ ਦੀ ਸੰਭਾਵਨਾ ਹੈਗੀ ਆ ਜਾਂ ਨਹੀਂ, ਅਪਡੇਟ ਦਿੰਦੇ ਰਹਾਂਗੇ। ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਜੇ ਕਿਸੇ ਵੀਰ ਨੇ ਨਹੀਂ ਕਰਿਆ ਤਾਂ ਅੱਗੇ ਸ਼ੇਅਰ ਕਰਿਆ ਕਰੋ। ਬਾਕੀ ਸੀਡ ਬਾਰੇ ਸਾਰੀ ਜਾਣਕਾਰੀ ਦਿੰਦੇ ਰਹਾਂਗੇ, ਅਤੇ ਬਾਕੀ ਆਪਾਂ ਸੀਡ ਲੈ ਕੇ ਆਏ ਹਾਂ ਸਾਰੀ, ਇਹ ਜਿਹੜਾ ਲਾਉਣਾ ਸਟੋਰ 'ਚ ਉਹ ਦੂਜੀ ਟਰਾਲੀ ਮੂਹਰੇ ਖੜ੍ਹੀ ਆ 69 ਦੇ। ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ।